ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਸਮੂਚੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਜਨ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਦਿੱਲੀ ਦੇ ਵਿੱਚ ਮੋਰਚਾ ਲਾਇਆ ਹੋਇਆ ਹੈ ਉਸ ਮੋਰਚੇ ਦੇ ਦਰਮਿਆਨ ਸਾਡੇ ਬਹੁਤ ਸਾਰੇ ਬਜ਼ੁਰਗ ਮਤਾਵਾ ਅਤੇ ਰਸਤੇ 'ਚ ਆਉਂਦਿਆਂ ਜਾਂਦਿਆਂ ਬਹੁਤ ਸਾਰੇ ਵੀਰ ਇਸ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦੀਆਂ ਪਾ ਕੇ ਆਪਣੀ ਕੁਰਬਾਨੀ ਦੇ ਗਏ ਹਨ ਜਿਵੇਂ ਕਿ ਪਰਸੋਂ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨੇ ਵੀ ਇਸ ਮੋਰਚੇ ਵਾਸਤੇ ਕੁਰਬਾਨੀ ਕੀਤੀ ਔਰ 16-16 ਸਾਲ ਦੇ ਨੌਜਵਾਨ ਆਉਂਦਿਆਂ ਜਾਂਦਿਆਂ ਕਿਸੇ ਕਾਰਨਾ ਕਰਕੇ ਇਸ ਸੰਘਰਸ਼ ਦੇ ਵਿੱਚ ਆਪਣੀਆਂ ਕੁਰਬਾਨੀਆਂ ਕਰ ਗਏ ਨੇ ਉਨ੍ਹਾਂ ਦੇ ਨਮਿਤ ਕਿਸਾਨ ਜਥੇਬੰਦੀਆਂ ਵੱਲੋਂ 20 ਦਸੰਬਰ 2020 ਨੂੰ ਸਮੁੱਚੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਉਨ੍ਹਾਂ ਦੀ ਪਰਥਾਏ ਅਰਦਾਸਾਂ ਕੀਤੀਆਂ ਜਾਣ ਮਹਾਰਾਜ ਉਹਨਾਂ ਨੂੰ ਚਰਨਾ ਚ ਨਵਾਜ ਬਖਸ਼ਣ ਮਗਰ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣ ਅਸੀਂ ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਸਮੂਚੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਉਹਨਾਂ ਭੈਣ ਭਰਾਵਾਂ ਅਤੇ ਬਜ਼ੁਰਗਾਂ ਮਤਾਵਾਂ ਵਾਸਤੇ ਅਸੀਂ ਆਪਣੇ ਨਿਤਨੇਮ ਦੇ ਸਮੇਂ 'ਚ ਉਹਨਾਂ ਵਾਸਤੇ ਅਰਦਾਸ ਕਰੀਏ ਜਾਂ ਜਪਜੀ ਸਾਹਿਬ ਚੌਪਈ ਸਾਹਿਬ ਸੁਖਮਣੀ ਸਾਹਿਬ ਜੀ ਦੇ ਪਾਠ ਕਰਕੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਨਾਲੇ ਉਹਨਾਂ ਦੀ ਜਿਹੜੀ ਉਹ ਅਰਦਾਸ ਕਰੀਏ ਮਗਰ ਪਰਵਾਰਾਂ ਨੂੰ ਮਹਾਰਾਜ ਬਾਣਾ ਮੰਨਣ ਦਾ ਬਲ ਜਿਹੜਾ ਉਹ ਬਖਸ਼ਿਸ਼ ਕਰਨ ਔਰ ਉਹਨਾਂ ਦੀ ਇਹ ਕੁਰਬਾਨੀ ਜਿਹੜੀ ਹੈ ਉਹ ਕਿਸਾਨਾਂ ਦੀ ਜਿੱਤ ਵੱਲ ਜਿਹੜੀ ਉਹ ਵਧੇਗੀ ਕਿਉਂਕਿ ਜਿੱਥੇ ਖੂਨ ਛਿੰਜਿਆ ਜਾਂਦਾ ਹੈ ਉਥੇ ਫਿਰ ਜਿਹੜਾ ਹੈ ਜਨ ਇਨਕਲਾਬ ਆਉਂਦਾ ਹੈ ਜਨ ਸਲਾਬ ਉਮੜਦਾ ਹੈ ਔਰ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਮਹਾਰਾਜ ਕਿਰਪਾ ਕਰਨ ਸਫਲਤਾ ਮਿਲੇ ਜਿੰਨੀਆਂ ਵੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਕਿਸਾਨ ਸੰਘਰਸ਼ ਦੇ ਵਿੱਚ ਸਾਥ ਦੇ ਰਹੀਆਂ ਨੇ ਸਰੀਰਕ ਤੌਰ ਕਰਕੇ ਮਾਇਕ ਤੌਰ ਕਰਕੇ ਤਨ ਮਨ ਧਨ ਦੇ ਨਾਲ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਸਾਥ ਦੇ ਰਹੀਆਂ ਨੇ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਮੁੱਚੇ ਜਗਤ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਇਸੇ ਤਰ੍ਹਾਂ ਤੁਸੀਂ ਕਿਸਾਨ ਜਥੇਬੰਦੀਆਂ ਦਾ ਉਹਨਾਂ ਦਾ ਵਾਦ ਤੋਂ ਵਾਦਾ ਆਪਾਂ ਸਾਥ ਦੇਵਾਂਗੇ ਤਾਂ ਕਿ ਇਹ ਜਿਹੜੀ ਲੜਾਈ ਜਿਹੜਾ ਸੰਘਰਸ਼ ਹੈ ਇਹ ਜ਼ਮੀਨ ਦਾ ਨਹੀਂ ਜ਼ਮੀਰ ਦਾ ਸੰਘਰਸ਼ ਜਿਹੜਾ ਉਹ ਬਣ ਚੁੱਕਾ ਹੈ ਜੇ ਇਹ ਸੰਘਰਸ਼ ਦੇ ਵਿੱਚ ਕਿਸਾਨਾਂ ਦੀ ਸਫਲਤਾ ਹੁੰਦੀ ਹੈ ਸੰਘਰਸ਼ ਜਿੱਤਿਆ ਜਾਂਦਾ ਹੈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਗੁਲਾਮੀ ਤੋਂ ਤੇ ਲੋਕਾਂ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਦਿਹਾੜੀਆਂ ਤੋਂ ਬਚ ਜਾਣਗੇ ਪੰਜਾਬ ਜਿਹੜਾ ਉਹ ਬਚ ਜਾਏਗਾ ਅਸੀਂ ਸਮੁੱਚੇ ਸੰਗਤਾਂ ਦੇ ਦਿੱਤੇ ਹੋਏ ਸਾਥ ਦਾ ਦਿਲ ਦੀਆਂ ਗਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ 20 ਦਸੰਬਰ 2020 ਨੂੰ ਉਹਨਾਂ ਸ਼ਹੀਦਾਂ ਦੀ ਪਰਥਾਏ ਅਰਦਾਸਾਂ ਕੀਤੀਆਂ ਜਾਣ, ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣ। ਸੋ ਆਪ ਦਾ ਬਹੁਤ-ਬਹੁਤ ਧੰਨਵਾਦ। ਵੱਲੋਂ ਇੰਟਰਨੈਸ਼ਨਲ ਪੰਥਕ ਦਲ ਯੂਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।